ਸਾਜਗਲ ਨਮਸਕਾਰ ਆਦਾਬ ਦਰਸ਼ਕੋ ਮੈਂ ਹਾਂਗਾ ਇੰਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੇਸੀ ਚੈਨਲ ਤੇ ਟੈਲੀਵਿਜ਼ਨ ਮੂਵੀ ਦੇ ਟ੍ਰੇਲਰ ਨੂੰ ਤੁਸੀਂ ਸਭ ਨੇ ਬੇਹੱਦ ਹੀ ਜ਼ਿਆਦਾ ਪਸੰਦ ਕੀਤਾ ਔਰ ਇਹੀ ਵਜ੍ਹਾ ਰਹੀ ਹੈ ਕਿ ਟੈਲੀਵਿਜ਼ਨ ਫਿਲਮ ਦਾ ਟ੍ਰੇਲਰ ਟ੍ਰੈਂਡਿੰਗ ਦੇ ਵਿੱਚ ਰਿਹਾ ਤੇ 24 ਜੂਨ ਨੂੰ ਕੁਲਵਿੰਦਰ ਬਿੱਲਾ ਤੇ ਮੈਂਡੀ ਤੱਕਰ ਦੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਔਰ ਇਸ ਦੇ ਟ੍ਰੇਲਰਸ ਨੂੰ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਹੈ ਰੀਲਸ ਨੂੰ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਤੇ ਮੇਕਰਸ ਨੇ ਇਸ ਫਿਲਮ ਦਾ ਗਾਣਾ पता नहीं हां दिए भी रिलीज़ कर दिता और इस गाने ने बई यूट्यूब के उपर तहलका मचा दिता है। कुलविंदर बिल्ला इस फिल्म का एक्टर भी ने ते इस गाने के सिंगर भी ने ते पता नहीं हां दिए गाने दे नाल इस गाने की एक वाइब नज़र आ रही है फिल्म की वाइब नज़र आ रही हैगी और गाना इन्ना ज़्यादा खूबसूरत है कि उन्हें लफ्ज़ों के बयान नहीं किया जा सकता। तो भाई जिन्होंने हजे तक गाना नहीं सुनिया ना वो सागा म्यूजिक के ऑफिशियल यूट्यूब हैंडल के उपर जाओ तो इस गाने नू सुनो और अपने ब्यूटिफुल ब्यूटिफुल कमेंट्स भी जरूर उत्थे लिखो। विंदर नथुमाजरा ने इस गीत नू कलमबद्ध किया है तो द बॉस ने इस गाने नू म्यूजिक दिता है। सो बई एक गाना ही प्रॉपर वाइब टैलीविजन की दिखा रहा है जोड़ा एक्साइटमेंट लैवल सब का होर वधा रहा है तो बई फिल्म दे विच किन्ना ज़्यादा रोमांस होने वाला है और किन्ना ज़्यादा कॉमेडी होने वाली है और किन्ने ज़्यादा इमोशंस होने वाले हैं इस सब नू देखने लई ना असी सब बहुत ज़्यादा एक्साइटिड हाँ। सागा स्टूडियोज़ की फिल्म 24 जून रिलीज़ होने जा रही है और जिदे नाल बहुत ज़्यादा लोगों दी जज्बात भी जुड़े ने इमोशंस भी जुड़े ने तो इस फिल्म का जो ट्रेलर आउट होया ना तो भाई कमेंट्स की जी झड़ी लगी पई और कमेंट्स के सब तो खास गल है कि लोग कह रहे हैं कि यस एक चंगा सिनेमा तो आ ही रहा लेकिन वो कंसैप्ट आ रहा है जिदी बेसब्री नाल इंतजार सीगा कि हाँ असी सब अपने बचपन के जाइए और इस फिल्म के राही टैलीविजन मूवी के राही तुसी सब अपने बचपन के जाओगे कि किवें ਤੁਸੀਂ ਬਚਪਨ ਦੇ ਵਿੱਚ ਟੀ ਵੀ ਦੇਖਦੇ ਹੁੰਦੇ ਸੀ ਔਰ ਟੀ ਵੀ ਲਈ ਕਿੰਨੇ ਸਿਆਪੇ ਪੈਂਦੇ ਹੁੰਦੇ ਸੀ ਲੇਕਿਨ ਇਸ ਫਿਲਮ ਦੇ ਰਾਹੀਂ ਜਿਹੜੇ ਟੈਲੀਵਿਜ਼ਨ ਦਾ ਦਰਦ ਸਿਆਪੇ ਸਭ ਕੁਝ ਬਿਆਨ ਕੀਤਾ ਜਾ ਰਹੇ ਨੇ ਉਹ ਤੁਹਾਡੇ ਚਿਹਰਿਆਂ ਦੇ ਉੱਪਰ ਮੁਸਕਰਾਹਟ ਤੇ ਲਿਆਏਗਾ ਲੇਕਿਨ ਤੁਹਾਨੂੰ ਫਲੈਸ਼ਬੈਕ ਦੇ ਵਿੱਚ ਵੀ ਲੈ ਕੇ ਜਾਏਗਾ ਯੈਸ ਤੁਸੀਂ ਆਪਣਾ ਪਾਸਟ ਜ਼ਰੂਰ ਯਾਦ ਕਰੋਗੇ ਇਸ ਫਿਲਮ ਦੇ ਨਾਲ ਔਰ ਸਾਗਾ ਸਟੂਡੀਓਜ਼ ਹਮੇਸ਼ਾ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਲੋਕਾਂ ਨਾਲ ਜੁੜੀ ਕਹਾਣੀ ਲੋਕਾਂ ਤੱਕ ਪਹੁੰਚਾਈ ਜਾਏ ਤੇ ਉਹ ਹਮੇਸ਼ਾ ਆਪਣੇ ਇਸ ਐਫਰਟਸ ਦੇ ਨਾਲ ਲੋਕਾਂ ਨੂੰ ਤੇ ਸੰਤੁਸ਼ਟ ਕਰਦਾ ਹੀ ਹੈ ਔਰ ਲੋਕਾਂ ਨੂੰ ਉਹਨਾਂ ਦੇ ਕਨਸੈਪਟਸ ਵੀ ਪਸੰਦ ਆਉਂਦੇ ਨੇ। ਸੋ ਬਈ 24 ਜੂਨ ਲਈ ਐਡਵਾਂਸ ਬੁਕਿੰਗ ਕਰਾ ਲਿਓ ਟੈਲੀਵਿਜ਼ਨ ਮੂਵੀ ਦੀ ਕਿਉਂਕਿ ਸੱਚੀ ਨਜ਼ਾਰੇ ਆਉਣਗੇ ਨਜ਼ਾਰੇ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਔਰ ਡੈਫੀਨੇਟਲੀ ਜਿਵੇਂ ਫਿਲਮ ਦੀ ਸਟਾਰਕਾਸਟ ਕਹਿੰਦੀ ਹੈ ਬਈ ਹਸਾਨ ਦੀ ਗਰੰਟੀ ਸਾਡੀ। ਸੋ ਬਈ ਉਹਨਾਂ ਨੇ ਪੂਰੀ ਗਰੰਟੀ ਚੱਕੀ ਹੋਈ ਹੈ ਕਿਉਂਕਿ ਜਿਹੜੀਆਂ ਰੀਲਸ ਬਾਹਰ ਆ ਰਹੀਆਂ ਨੇ ਡਾਇਲੋਗਸ ਬਾਹਰ ਆ ਰਹੇ ਨੇ ਫਿਲਮ ਦੇ ਡੈਫੀਨੇਟਲੀ ਸਾਡੇ ਸਾਰਿਆਂ ਦੇ ਚਿਹਰਿਆਂ ਦੇ ਉੱਪਰ ਮੁਸਕਰਾਹਟ ਲੈ ਕੇ ਆ ਰਹੇ ਨੇ ਔਰ ਟੀਮ ਦਾ ਐਫਰਟ ਵੀ ਬਹੁਤ ਨਜ਼ਰ ਆ ਰਿਹਾ ਕਿ ਟੀਮ ਤੁਹਾਡੀ ਲਾਈਫ ਦੇ ਵਿੱਚ ਖੁਸ਼ੀਆਂ ਲਿਆਉਣ ਲਈ ਸਟਾਰਕਾਸਟ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲਿਆਉਣ ਲਈ ਕਿੰਨੇ ਐਫਰਟ ਕਰ ਰਹੀ ਹੈ। ਸੋ ਬਈ ਹਜੇ ਤੱਕ ਦੁਬਾਰਾ ਕਹਿ ਰਹੀ ਹਾਂ ਜਿਹਨੇ ਪਤਾ ਨਹੀਂ ਹਾਂ ਦੀ ਗਾਣਾ ਨਹੀਂ ਸੁਣਿਆ ਸਾਗਾ ਮਿਊਜ਼ਿਕ ਦੇ ਆਫੀਸ਼ੀਅਲ ਚੈਨਲ ਦੇ ਉੱਪਰ ਜਾ ਕੇ ਯੂਟਿਊਬ ਦੇ ਉੱਪਰ ਤੁਸੀਂ ਸੁਣੋ ਔਰ ਸਾਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਕਿ ਤੁਹਾਨੂੰ ਕੁਲਵਿੰਦਰ ਬਿੱਲਾ ਦੇ ਮੈਂਡੀ ਤੱਕਰ ਦਾ ਰੋਮਾਂਟਿਕ ਸੌਂਗ ਕਿੱਦਾਂ ਦਾ ਲੱਗਿਆ। ਸੋ ਬਈ ਅੱਜ ਲਈ ਇੰਨਾ ਹੀ ਜਿੱਦਾਂ ਹੀ ਟੈਲੀਵਿਜ਼ਨ ਦੀ ਹੋਰ ਅਪਡੇਟ ਸਾਹਮਣੇ ਆਉਣਗੀਆਂ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਲੇਕਿਨ ਜਿਹੜੇ ਲੋਕ ਰੋਮਾਂਟਿਕ ਫਿਲਮਸ ਲਈ ਚੰਗੇ ਸਿਨੇਮੇ ਲਈ ਔਰ ਉਸ ਸਿਨੇਮੇ ਨੂੰ ਦੇਖਣਾ ਪਸੰਦ ਕਰਦੇ ਜਿਹੜਾ ਤੁਹਾਡੇ ਨਾਲ ਜੁੜਿਆ ਹੋਏ ਤੁਹਾਡੀ ਜ਼ਿੰਦਗੀ ਨਾਲ ਜੁੜਿਆ ਹੋਏ ਤੇ ਫਿਰ ਬਈ ਤਿਆਰੀਆਂ 24 ਜੂਨ ਦੀਆਂ ਕੱਸ ਲਿਓ ਕਿਉਂਕਿ 24 ਜੂਨ ਨੂੰ ਤੁਹਾਡੀ ਜ਼ਿੰਦਗੀ ਦੀਆਂ ਉਹ ਤਾਜ਼ਾ ਯਾਦਾਂ ਹੋਣਗੀਆਂ ਜਿਹੜੀ ਤੁਸੀਂ ਬਚਪਨ ਦੇ ਵਿੱਚ ਦੇਖੀਆਂ ਨੇ ਉਹ ਯਾਦਾਂ ਬਣਾਈਆਂ ਨੇ ਔਰ ਕਹਿੰਦੇ ਨੇ ਨਾ ਗੁਜ਼ਰਿਆ ਹੋਇਆ ਵਕਤ ਵਾਪਸ ਨਹੀਂ ਆਉਂਦਾ ਲੇਕਿਨ ਸਿਨੇਮਾ ਇੱਕ ਐਸਾ ਮਾਧਿਅਮ ਹੈ ਜਿਹਦੇ ਰਾਹੀਂ ਤੁਸੀਂ ਗੁਜ਼ਰਿਆ ਹੋਇਆ ਵਕਤ ਵੀ ਦੇਖ ਸਕਦੇ ਹੋ। ਸੋ ਬਈ ਜਿਨ੍ਹਾਂ ਨੇ ਟੈਲੀਵਿਜ਼ਨ ਲਈ ਬਹੁਤ ਕੈਟ ਫਾਈਟਸ ਕੀਤੀਆਂ ਨੇ ਔਰ ਸਭ ਤੋਂ ਵੱਡੀ ਗੱਲ ਜਿਨ੍ਹਾਂ ਦੇ ਘਰ ਟੀ ਵੀ ਨਹੀਂ ਹੁੰਦਾ ਸੀ ਜਿਨ੍ਹਾਂ ਨੇ ਗੁਆਂਢੀਆਂ ਦੇ ਘਰ ਜਾ ਕੇ ਟੀ ਵੀ ਦੇਖੇ ਨੇ ਨਾ ਔਰ ਉਹਨਾਂ ਨੂੰ ਇਹ ਫੀਲ ਹੁੰਦਾ ਸੀਗਾ ਹਾਏ ਸਾਡੇ ਘਰ ਕਿਉਂ ਟੀ ਵੀ ਨਹੀਂ ਹੈਗਾ ਸਾਨੂੰ ਲੋਕਾਂ ਦੇ ਘਰ ਜਾਣਾ ਪੈਂਦਾ ਉਹ ਲੋਕ ਤਾਂ ਬਈ ਜ਼ਰੂਰ ਜਾਣ ਔਰ ਇਹ ਫਿਲਮ ਮੇਰੀ ਇਕੱਲਿਆਂ ਦੀ ਨਹੀਂ ਹੈ ਫਿਲਮ ਸਾਰੀ ਜਨਰੇਸ਼ਨ ਦੀ ਹੈ। ਸਾਡੀ ਜਨਰੇਸ਼ਨ ਯੂਜਲੀ ਕਹਿੰਦੇ ਨੇ ਕਿ ਹਾਂ ਅੱਜ ਕੱਲ੍ਹ ਯੂਥ ਜ਼ਿਆਦਾ ਫਿਲਮ ਦੇਖਦਾ ਲੇਕਿਨ ਇਹ ਫਿਲਮ ਜਿਹੜੀ ਹੈ ਨਾ ਹਰ ਜਨਰੇਸ਼ਨ ਲਈ ਹੈ ਹਰ ਜਨਰੇਸ਼ਨ ਦਾ ਬੰਦਾ ਇਸ ਫਿਲਮ ਦੇ ਨਾਲ ਈਜ਼ੀਲੀ ਕਨੈਕਟ ਹੋ ਸਕਦਾ। ਸੋ ਵੀ ਤੁਸੀਂ ਜਾਇਓ 24 ਜੂਨ ਨੂੰ ਫਿਲਮ ਦੇਖ ਕੇ ਆਇਓ ਔਰ ਇੱਕ ਚੰਗੇ ਸਿਨੇਮੇ ਨੂੰ ਹਮੇਸ਼ਾ ਜਿਹੜਾ ਸਪੋਰਟ ਕਰਨਾ ਚਾਹੀਦਾ ਤੁਸੀਂ ਸਾਰੇ ਜਣੇ ਇਸ ਫਿਲਮ ਨੂੰ ਦੇਖ ਕੇ ਆਪਣੇ ਵੈਲਿਊਬਲ ਫੀਡਬੈਕ ਜ਼ਰੂਰ ਸ਼ੇਅਰ ਕਰਨਾ। ਅੱਜ ਇੰਨਾ ਹੀ ਜਲਦੀ ਮੁੜ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਅਤੇ ਮੇਰਾ ਰੱਬ ਰੱਖਾ।